ਇਹ ਮਰ ਜਾਇਆ ਜੀਜਾ, ਨਾ ਹਮ ਗੋਲੀ ਸੇ ਡਰਤੇ ਨਾ ਮੈਂ ਉਸੇ ਡਰਤੇ, ਹਮ ਕਹੀਂ ਨਹੀਂ ਡਰਤੇ। ਕਿਸਾਨ ਕੀ ਕਿਆ ਮਾਂਗੋ, ਇਸ ਤੋਂ ਮਾਰਾ ਪੇਮੈਂਟ ਨਹੀਂ ਹੋਇਆ, ਇਹਨੂੰ ਉਹਨਾਂ ਨੂੰ ਕਹਿੰਦਾ ਚੌਦਾਂ ਮਹੀਨੇ ਸਾਰਾ ਪੇਮੈਂਟ ਹੋ ਜਾਵੇਗਾ, ਚੌਦਾਂ ਦਿਨ ਮਾਰਾ ਪੇਮੈਂਟ ਨਹੀਂ ਹੋਇਆ। ਇੱਕ ਬਾਤ ਹੋਰ ਹੋ ਗਈ, ਇਹਨੂੰ ਉਹਨਾਂ ਨੂੰ ਕਹਿੰਦਾ ਮਾਰਾ ਬਿਜਲੀ ਕਾ ਬਿੱਲ ਹੈਗਾ, ਹਰ ਸਾਲ ਛੂਟ ਹੋ ਜਾ ਸੀ, ਅਬ ਕੋਈ ਛੂਟ ਵੀ ਨਹੀਂ ਕਰੀ। ਝੂਠ ਕੇ ਇਲਾਵਾ ਇਹਨਾਂ ਕੋਈ ਕਾਮ ਨਹੀਂ ਰਹਾ, ਤੜਕੇ ਤਾਂ ਸਮਝ ਲਓ ਝੂਠ ਬੋਲਣੇ ਕਾ ਕਾਮ ਹੈ, ਕਿਸਾਨੋਂ ਕਾ ਸ਼ੋਸ਼ਣ ਕਰਤੇ ਹੈ। ਗੋਸਵਾਮੀ ਨਾਥਨ ਰਿਪੋਰਟ ਲਾਗੂ ਹੋਣੀ ਚਾਹੀਏ ਔਰ ਸਰਕਾਰ ਕੋ ਕਿਸਾਨੋਂ ਕੇ ਬਾਰੇ ਮੈਂ ਸੋਚਣਾ ਚਾਹੀਏ। ਨਹੀਂ ਹਮ ਤੋ ਇਸਕੇ ਭੰਡੇ ਕਰ ਦੇਂਗੇ, ਬਿਲਕੁਲ ਹਮ ਤੋ ਸਰਕਾਰ ਕੇ ਭੰਡੇ ਕਰ ਦੇਂਗੇ ਆਜ, ਅਗਰ ਸਰਕਾਰ ਮਾਰੀ ਬਾਤ ਨਹੀਂ ਮਾਨਤੀ। ਕਰਜ਼ਾ ਮਾਫੀ ਦੀ ਸੀ ਸਾਡੇ ਨਾਲ ਵਾਅਦਾ ਕੀਤਾ ਸੀ ਮੋਦੀ ਸਰਕਾਰ ਨੇ, ਉਦੋਂ ਪਹਿਲਾਂ ਵੀ ਜਨਤਕ ਮੰਤਰ 'ਤੇ ਕੋਈ ਕਰਜ਼ਾ ਨਹੀਂ ਮਾਫ ਕਰਿਆ। ਪੰਜਾਬ ਨੇ ਰੋਜ਼ 5 ਕਿਸਾਨ, ਹਰ ਰੋਜ਼ 5 ਕਿਸਾਨ ਕੀ ਮਿਰਤੀ ਹੁੰਦੀ ਹੈ। ਪੁਲ ਕੇ ਨੀਚੇ ਜੋ ਲੋਕ ਲੇਟੇ ਹੋਏ ਹੈ ਔਰ ਜਿਨਕੇ ਪੈਰੋਂ ਮੇਂ ਚੋਟੇ ਹੈ, ਵੋ ਕਿਸਕੀ ਗੋਲੀ ਸੇ ਹੁਆ ਹੈ ਯਾ ਕਿਸਸੇ ਹੁਆ? ਪ੍ਰਥਮ ਦ੍ਰਿਸ਼ਟਿਆ ਦੇਖਨੇ ਸੇ ਵੋ ਗੋਲੀ ਯੇ ਰਬਰ ਬੁਲੇਟ ਸੇ ਵੀ ਹੋ ਸਕਤਾ ਹੈ, ਟੀਅਰ ਗੈਸ ਸੈੱਲ ਸੇ ਵੀ ਹੋ ਸਕਤਾ ਹੈ, ਔਰ ਜੈਸਾ ਉਨਕਾ ਐਲੀਗੇਸ਼ਨ ਹੈ ਉਸਸੇ ਵੀ ਹੋ ਸਕਤਾ ਹੈ। ਤੋ ਇਸ ਬਾਰੇ ਮੇਂ ਅਸਪਸ਼ਟ ਟਿੱਪਣੀ, ਜਬ ਤੱਕ ਡਾਕਟਰਸ ਕੇ ਦੁਆਰਾ ਇਸਕਾ ਇਨਵੈਸਟੀਗੇਸ਼ਨ ਨਹੀਂ ਹੈ ਹੋ ਜਾਤਾ ਹੈ, ਤਬ ਤੱਕ ਨਹੀਂ ਕਹਾ ਜਾ ਸਕਦਾ। भारत सरकार है, यहाँ पे आए हैं, दर्द है इन किसानों के, महिलाओं के, बच्चों के, तो दवाई लेने आए लेकिन दवाई नहीं मिल रही। 14 दिन का वादा था सरकार का, वो 8-8, 10-10 महीने हो गए, वो हमारा पूरा हो, किसान की जो आय आमदनी वो सुनिश्चित हो कि भाई ये किसान है इसको इतनी आमदनी होगी,